ਦੋਸਤੋ ਸਤਿ ਸ਼੍ਰੀ ਅਕਾਲ। ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਸਾਨ ਮੇਲਾ ਲੱਗਿਆ ਹੋਇਆ, ਦੇਖੋ ਜਿੱਥੇ ਟਰੈਕਟਰਾਂ ਦੀ ਪ੍ਰਦਰਸ਼ਨੀ ਲੱਗੀ ਹੋਈ ਹੈ। ਇਹ ਦੇਖੋ ਸਵਰਾਜ ਕੰਪਨੀ ਦਾ 963 FE ਟਰੈਕਟਰ ਕਿੰਨਾ ਸੋਹਣਾ ਕਲਰ ਹੈ, ਸੰਤਰੀ ਕਲਰ ਦੇ ਵਿੱਚ, ਅਤੇ ਅਪੋਲੋ ਦੇ ਟਾਇਰ ਮੂਹਰਲੇ ਲੱਗੇ ਹੋਏ ਨੇ ਇਸ ਦੇ। ਤੁਸੀਂ ਦੇਖ ਰਹੇ ਹੋ ਕਿੰਨੀਆਂ ਸੋਹਣੀਆਂ ਲਾਈਟਾਂ ਨੇ, ਕਾਰ ਵਰਗੀਆਂ ਲਾਈਟਾਂ, ਬਿਲਕੁਲ ਕਾਰ ਵਰਗੀਆਂ। ਬਹੁਤ ਹੀ ਇਹਨਾਂ ਦੀ ਲਾਈਟ ਬਹੁਤ ਤੇਖੀ ਤੇਜ਼ ਹੁੰਦੀ ਹੈ। ਅਤੇ ਦੇਖੋ ਕਿਸਾਨ ਕਿੰਨੀ ਗੌਰ ਨਾਲ ਇਸ ਨੂੰ ਬੜੇ ਪਿਆਰ ਨਾਲ ਦੇਖ ਰਹੇ ਨੇ। ਅਤੇ ਮੇਲੇ ਦਾ ਮਕਸਦ ਹੈ ਕਿਸਾਨਾਂ ਨੂੰ ਜਾਣਕਾਰੀ ਦੇਣਾ। ਦੇਖੋ ਇਹ ਲੁਕਸ ਦਾ ਸੈਲਫ ਲੱਗਿਆ ਹੋਇਆ ਜਿਹੜਾ 25 ਸਲਾਟ ਵਾਲਾ ਹੁੰਦਾ ਇਹ, ਅਤੇ ਇਹਦੇ ਵਿੱਚ ਆਰਮੇਚਰ ਹੁੰਦਾ ਜਿਹੜਾ, ਅਤੇ ਇਹ 5-star ਟਰੈਕਟਰ ਹੈ ਜੀ। 1974 ਤੋਂ ਇਸ ਵਾਰ ਟਰੈਕਟਰ ਕੰਪਨੀ ਬਣਾ ਰਹੀ ਹੈ, ਲੇਕਿਨ 5-star ਇਹਨੂੰ ਮਿਲੇ ਹੋਏ ਨੇ। ਜਿਹੜਾ 5-star ਰੈਂਕ ਹੁੰਦਾ ਇਹ ਬਹੁਤ ਹੀ ਉੱਚੇ ਦਰਜੇ ਦਾ ਰੈਂਕ ਮੰਨਿਆ ਜਾਂਦਾ ਹੈ। ਅਤੇ ਇਹ ਦੇਖੋ ਪਿਛਲੇ ਸਾਈਡ ਤੋਂ ਟਰੈਕਟਰ ਨੂੰ ਆਪਾਂ ਦੇਖਦੇ ਹਾਂ। ਆਹ ਦੇਖੋ ਟਾਇਰ, ਜਿਹੜੇ ਬੈਕ ਟਾਇਰ ਨੇ ਇਹ ਵੀ ਬਹੁਤ ਵਧੀਆ ਨਾਈਲੋਨ ਦੇ ਨੇ, ਅਪੋਲੋ ਕੰਪਨੀ ਦੇ ਨੇ ਇਹ ਵੀ ਟਾਇਰ। ਅਪੋਲੋ ਕੰਪਨੀ ਬਹੁਤ ਮਸ਼ਹੂਰ ਕੰਪਨੀ ਹੈ, ਤੁਹਾਨੂੰ ਪਤਾ। ਦੇਖੋ ਅਪੋਲੋ ਦੇ ਟਾਇਰ ਲੱਗੇ ਨੇ ਇਹ। ਅਤੇ ਕਿਸਾਨ ਭਰਾ ਸਾਡੇ ਬੜੇ ਹੀ ਸ਼ੌਕ ਨਾਲ ਇਸ ਨੂੰ ਦੇਖ ਰਹੇ ਨੇ, ਮੁਆਇਨਾ ਕਰ ਰਹੇ ਨੇ। ਅਤੇ ਆਹ ਦੇਖੋ ਬੈਕ ਲਾਈਟ ਵੀ ਬਹੁਤ ਹੀ ਵਧੀਆ ਕਿਸਮ ਦੀ ਲਾ ਰੱਖੀ ਹੈ ਇਹਨਾਂ ਨੇ, ਅਤੇ ਲੱਗਦਾ ਵੀ ਮਿੰਡਾ ਦੀ ਲਾਈਟ ਹੈ ਸ਼ਾਇਦ। ਅਤੇ 5-star ਰੈਂਕ ਮਿਲਣਾ ਕਿਤੇ ਮਾਮੂਲੀ ਜਿਹੀ ਗੱਲ ਨਹੀਂ ਹੈਗੀ। ਦੇਖੋ ਡੈਸ਼ਬੋਰਡ ਅਤੇ ਸਟੇਅਰਿੰਗ ਬਿਲਕੁਲ ਕਾਰ ਜੈਸਾ ਬਣਾ ਰੱਖਿਆ, ਅਤੇ ਬਹੁਤ ਸੋਹਣੀ ਲੁੱਕ ਹੈ। ਅਤੇ ਮੀਟਰ ਦੇਖੋ ਇਹਦੇ ਵਿੱਚ 5 meter ਲਗਾ ਰੱਖੇ ਹੈ ਇਹਨਾਂ ਨੇ, ਐਡਵਾਂਸ ਟੈਕਨੋਲੋਜੀ ਲਾਈਟ ਸਵਿੱਚ ਕਹੀ ਜੀ ਹੈ। ਅਤੇ ਸ਼ੀਸ਼ਾ ਸ਼ਾਨਦਾਰ ਲੱਗਿਆ। ਆਹ ਦੇਖੋ ਇਸ ਦਾ ਗੇਅਰ ਸਿਸਟਮ, ਅਤੇ ਬਹੁਤ ਹੀ ਆਰਾਮਦਾਇਕ ਗੇਅਰ, ਇੱਕਦਮ ਹੱਥ ਦੇ ਵਿੱਚ ਤੁਹਾਨੂੰ ਝੁਕਣਾ ਨਹੀਂ ਪਵੇਗਾ। ਅਤੇ ਹਾਈ ਲੋ ਗੇਅਰ ਲੈਫਟ ਸਾਈਡ 'ਤੇ ਹੈ, ਅਤੇ ਸੀਟ ਵੀ ਬੜੀ ਕੰਫਰਟੇਬਲ ਹੈ, ਬਹੁਤ ਆਰਾਮਦਾਇਕ, ਅਤੇ ਕੋਈ ਜ਼ਿਆਦਾ ਝੂਟਾ ਨਹੀਂ ਪੈਂਦਾ। ਦੇਖੋ ਬੜੀ ਕਿਸਾਨ ਕਿੰਨੇ ਸ਼ੌਕ ਨਾਲ ਇਸ ਨੂੰ ਦੇਖ ਰਹੇ ਨੇ, ਕਿ ਉਹ ਵਧੀਆ ਚੀਜ਼ ਦੇਖਣ ਵਾਸਤੇ ਪਸੰਦ ਕਰਨਗੇ ਇਸ ਨੂੰ ਦੇਖ ਕੇ। ਅਤੇ ਦੇਖੋ ਆ ਵੈਬਸਾਈਟ 'ਤੇ ਇਹਦੇ ਇੰਪਲੀਮੈਂਟਸ ਲੱਗਿਆ ਹੋਇਆ। ਅਤੇ ਆ ਦੇਖੋ ਕੰਪਨੀ ਦੇ ਨੁਮਾਇੰਦੇ ਕਿਸਾਨਾਂ ਨਾਲ ਇੱਥੇ ਗੱਲ ਕਰ ਰਹੇ ਹੈ। ਅਤੇ ਬੜੀ ਭੀੜ ਲੱਗੀ ਹੋਈ ਹੈ ਇਸ ਮੇਲੇ ਦੇ ਵਿੱਚ। ਔਰ ਇਸ ਟਰੈਕਟਰ ਇਹ ਕੋਈ ਖਿੱਚ ਦਾ ਕੇਂਦਰ ਹੈ, ਦੇਖੋ ਹੋਰਨ ਗਏ ਇਸ, ਹੁਣ ਬੋਨਟ ਚੱਕ ਰੱਖਿਆ ਇਹਨਾਂ ਨੇ ਉੱਪਰੋਂ, ਅਤੇ ਪੂਰਾ ਮੁਆਇਨਾ ਕਰਨ ਵਾਸਤੇ। ਬੋਨਟ ਦੇ ਵਿੱਚ ਵੀ ਬਹੁਤ ਹੀ ਵਧੀਆ ਦੇਖੋ ਸ਼ੌਕਰ ਲੱਗਿਆ ਹੋਇਆ ਹੈ, ਬੋਨਟ ਦੇ ਵਿੱਚ ਇੱਕਦਮ ਆਪਣੇ ਆਪ ਉੱਪਰ ਹੋ ਜਾਂਦਾ, ਦੱਬੇ ਤੋਂ ਫਿਰ ਥੱਲੇ ਆਵੇਗਾ। ਅਤੇ ਐਡਵਾਂਸ ਟੈਕਨੋਲੋਜੀ ਹੈ। ਅਤੇ ਆਹ ਦੇਖੋ ਸੈਲਫ ਲੱਗਿਆ ਲੁਕਸ ਕੰਪਨੀ ਦਾ, ਅਤੇ ਦੇਖਦੇ ਆਪਾਂ ਇਹਨੂੰ। ਆਹ ਦੇਖੋ ਅਲਟਰਨੇਟਰ ਵੀ ਲੁਕਸ ਕੰਪਨੀ ਦਾ ਲੱਗਿਆ ਹੋਇਆ, ਬਹੁਤ ਹੀ ਜਿਹੜਾ ਕਿ ਰਿਪੇਅਰ ਕਰਨ ਵਾਸਤੇ ਬਹੁਤ ਹੀ ਵਧੀਆ ਹੁੰਦਾ। ਅਤੇ 3-cylinder ਇੰਜਨ ਹੈ ਇਹ, ਇਲੈਕਟ੍ਰੋਨਿਕ ਸਿਸਟਮ ਦੇਖੋ ਅੰਦਰ ਸਾਰਾ ਲੱਗਿਆ ਹੋਇਆ ਇਹਦੇ, ਬਹੁਤ ਹੀ ਵਧੀਆ ਕਿਸਮ ਦਾ, ਜਿਵੇਂ ਕਾਰਾਂ ਦੇ ਵਿੱਚ ਹੁੰਦਾ।